ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਤੁਹਾਨੂੰ ਪਤਾ ਹੀ ਆ ਕਿ ਆਪਾਂ ਆਏ ਸੀਗੇ ਭੂਆ ਜੀ ਦੀ ਬੇਟੀ ਦੇ ਵਿਆਹ ਤੇ, ਤੇ ਅੱਜ ਹੈਗਾ ਆਨੰਦ ਕਾਰਜ ਦਾ ਦਿਨ ਤੇ ਆਪਾਂ ਨੇ ਜਾਣਾ ਆ। ਵੈਸੇ ਸਾਰੇ ਰੈਡੀ ਹੋ ਗਏ ਆ ਗੱਗੂ ਵੀਰ ਜੀ ਨੂੰ ਛੱਡ ਕੇ, ਉਹ ਰਹਿ ਗਏ ਇਕੱਲੇ, ਬਾਕੀ ਸਾਰੇ ਘਰ ਦੇ ਤਿਆਰ ਹੋ ਚੁੱਕੇ ਹੈਗੇ। ਉਹਨਾਂ ਦੀ ਵੇਟ ਕਰ ਰਹੇ ਹਾਂਗੇ। 4-5 ਦਿਨ ਹੋ ਗਏ ਆਇਆਂ ਨੂੰ ਤੇ ਵਧੀਆ ਲੱਗ ਰਿਹਾ, ਖੁੱਲ੍ਹਾ ਖੁੱਲ੍ਹਾ ਜਿਹਾ ਏਰੀਆ ਹੈਗਾ, ਮੌਸਮ ਵੀ ਵਧੀਆ ਹੈਗਾ, ਖੇਤਾਂ 'ਚ ਕਰਕੇ ਉੱਦਾਂ ਵੀ ਦਿਲ ਜਿਹਾ ਬਹੁਤ ਲੱਗਦਾ ਹੈਗਾ। ਬਹੁਤ ਵੀ ਕਿੰਨੇ ਦਿਨ ਹੋ ਗਏ ਪਤਾ ਹੀ ਨਹੀਂ ਲੱਗਿਆ, ਸਾਰੇ ਵਧੀਆ ਇੰਜੋਏ ਕਰ ਰਹੇ ਹੈਗੇ। ਪਹਿਲੀ ਵਾਰ ਜਿਹੜਾ ਫਰਮ ਦੇ ਵਿੱਚ ਜਿੱਦਾਂ ਵਿਆਹ ਕਰਦੇ ਹੁੰਦੇ ਹੈਗੇ ਓਪਨ ਟੈਂਟ ਦੇ ਵਿੱਚ, ਉੱਦਾਂ ਟੈਂਟ ਕਰਨਾ ਹੈਗਾ। ਮੈਂ ਪਹਿਲਾਂ ਵੀਡੀਓ ਹੀ ਦੇਖੀਆਂ ਨੇ ਉੱਦਾਂ ਦੀਆਂ ਕਿ ਉਹ ਵਿਆਹ ਬਹੁਤ ਸੋਹਣਾ ਜਿਹਾ ਲੱਗਦਾ ਹੁੰਦਾ, ਤੇ ਅੱਜ ਉਹ ਵਿਆਹ ਉੱਦਾਂ ਦਾ ਅਟੈਂਡ ਕਰਨਾ ਆਪਾਂ ਨੇ। ਬਸ ਤੁਰ ਪਈ ਜੀ, ਬਾਕੀ ਸਾਰੇ ਮੈਂਬਰਸ ਹੈਗੇ ਨੇ ਬਸ ਦੇ ਵਿੱਚ। ਗੋਰੀ ਜੀ ਸੀਗੀ, ਅੰਗਦ ਨਾਲ ਖੇਡਦੀ ਸੀ, ਕੁੱਤਾ ਵੀ ਨਾਲੇ ਲਈ ਫਿਰਦੀ ਆ ਬੱਸ ਦੇ ਵਿੱਚ। ਤੇ ਦੋ ਜਿਹੜੇ ਸਭ ਤੋਂ ਘੈਂਟ ਬੰਦੇ ਨੇ ਉਹ ਜੀਪ ਦੇ ਵਿੱਚ ਜਾਣਗੇ ਵਿੱਚ, ਆਪਣੀ ਪ੍ਰਾਈਵੇਟ। ਇਹ ਬੱਸ ਆਪਣੀ, ਬੱਸ ਆਪਣੀ ਉਹਦੇ ਲਈ ਆ, ਸੇਫਟੀ ਲਈ ਆ ਮੂਰੇ, ਤੇ ਆਪਾਂ ਪਿੱਛੇ ਆਵਾਂਗੇ ਆਰਾਮ ਨਾਲ ਜੀਪ ਦੇ ਵਿੱਚ। 45 ਕੁ ਕਿਲੋਮੀਟਰ ਦਾ ਰਾਸਤਾ ਵਾ। ਓ ਵਾਹਿਗੁਰੂ, ਮੌਸਮ ਬਹੁਤ ਜ਼ਿਆਦਾ ਸੋਹਣਾ ਵਾ। ਜਦੋਂ ਇਹ ਈਵੈਂਟ ਮੁੱਕਣੇ ਨੇ ਕੱਲ੍ਹ ਨੂੰ ਜਾਂ ਪਰਸੋਂ ਨੂੰ ਸਾਰੇ, ਉਹ ਤੋਂ ਬਾਅਦ ਹੀ ਮੀਂਹ ਵਾਲਾ ਮੌਸਮ ਫਿਰ ਸ਼ੁਰੂ ਹੋ ਜਾਣਾ ਵਾ। ਉਹ ਨਿੱਤ ਲੱਭਦਾ ਵਿਚੋਲਾ ਵਿੱਚ ਪਾਉਣ ਨੂੰ, ਸੇਰਾ ਬੰਨ ਤੇਰੇ ਪਿੰਡ ਫਿਰ ਆਉਣ ਨੂੰ। ਬੜਾ ਸੋਹਣਾ ਜਿਹਾ ਏਰੀਆ ਆ ਗਿਆ, ਸਾਫ਼ ਸੁਥਰਾ ਜਿਹਾ, ਹਰਾ ਭਰਾ ਜਿਹਾ, ਦਰਖਤ ਐਨ ਪੂਰੇ ਕੱਟੇ ਛੁੱਟੇ ਹੋਏ ਸੋਹਣੇ ਸੋਹਣੇ। ਅਸੀਂ ਪਹੁੰਚਣੇ ਵਾਲੇ ਹਾਂ, ਅਸੀਂ ਬੱਸ ਕੱਟਤੀ ਸੀਗੀ, ਬੱਸ ਵਿੱਚੋਂ ਵੀ ਉਤਰਨ ਲੱਗ ਗਏ ਜੀ। ਅਤੇ ਗੱਗੂ ਹੁਣ ਬਾਊ ਕੋਟ ਕਹਿੰਦਾ ਬਲ ਪੈ ਜਾਣਾ ਸੀ, ਪਾਲਾ ਪਾਲਾ ਪਾਲਾ। ਜਸ ਗਿਆ ਬੰਦਾ, ਮੰਗਵੇਂ ਕੱਪੜੇ ਫਿੱਟ ਆ ਜਾਂਦੇ। ਉਹ ਹੈਗਾ ਜੀ ਡਾਈਨਿੰਗ ਏਰੀਆ, ਸਜਾਇਆ ਹੋਇਆ ਫਾਰਮ ਦੇ ਉੱਤੇ, ਪੂਰਾ ਘੈਂਟ ਫਾਰਮ ਆ, ਬਲਿਊਬੇਰੀ ਫਾਰਮ ਆ। ਅਤੇ ਇੱਥੇ ਤਾਂ ਬਾਅਦ 'ਚੋਂ ਆਉਣਾ ਵਾ, ਪਹਿਲਾਂ ਤਾਂ ਡਰਿੰਕਸ ਵਗੈਰਾ ਪੀ ਰਿਹਾ ਵੀ। ਹਾਊਸ ਦਾ ਡਰਿੰਕਸ ਆ ਵੀ, ਵੈਰੀ ਗੁੱਡ। ਮੈਂ ਬਦਾਮ ਮੈਂਗੋ ਸ਼ੇਕ ਵੀ ਸਵਾਦ ਆ ਵਾ, ਮੈਂ ਲੈਣਾ ਸੀ ਜਾਂ ਗੱਗੂ ਨੇ ਚੱਕ ਲਿਆ ਪਹਿਲਾਂ, ਮੈਨੂੰ ਮੈਂਗੋ ਸ਼ੇਕ ਚੱਕਣਾ ਹੋ ਗਿਆ। ਆ ਜੀ ਜਿਹੜਾ ਟੈਂਟ ਲਾਇਆ ਆਨੰਦ ਕਾਰਜ ਵਾਲੀ ਥਾਂ 'ਤੇ, ਇੱਥੇ ਲਾਵਾਂ ਹੋਣੀਆਂ ਨੇ। ਸੋ ਇੱਧਰ ਉੱਧਰ ਟਰੈਕਟਰ ਆ, ਫਾਰਮ ਫੀਲਿੰਗ ਆ ਪੂਰੀ, ਇੱਧਰ ਬੇਰੀ ਲੱਗੀ ਹੋਈ ਆ। ਪਲੀਜ਼ ਰਿਮੂਵ ਯੂਅਰ ਸ਼ੂਜ਼, ਉਰੇ ਤੱਕ ਠੀਕ ਸੀ, ਐਂਡ ਡੋਂਟ ਟੇਕ ਬੈਟਰ ਵਨਸ ਔਨ ਦ ਵੇ ਆਊਟ। ਠੀਕ ਆ ਗੱਗੂ, ਲੈ ਕੇ ਨਹੀਂ ਜਾਣੇ ਆਪਾਂ ਕੋਲ, ਪਹਿਲਾਂ ਹੀ ਬੈਟਰ ਵਨਸ ਸੀ। ਜੁੱਤੀ ਆ ਤਾਂ ਕਿਸੇ ਦੇ ਹੋਣੀ ਵੀ ਨਹੀਂ ਹੈਗੀ, ਕਸਟਮ ਮੇਡ ਆ, ਮੇਰੀ ਤਾਂ ਆ ਜੂਗੀ ਦੋ ਤਿੰਨ ਨੇ। ਫੂਡ ਜੀ ਖਾ ਲਿਆ ਸਾਰਿਆਂ ਨੇ, ਅੰਗਦ ਵੀ ਖਾਈ ਜਾਂਦਾ, ਗੱਗੂ ਨੇ ਵੀ ਖਾ ਲਿਆ। ਉਹ ਆਲੂ ਜੇ ਹੋਰੇ ਕਿਵੇਂ ਦੇ ਸੀ, ਥੋੜ੍ਹੇ ਜਿਹੇ ਅਲੱਗ ਟੇਸਟ ਸੀ, ਪਹਿਲੀ ਵਾਰ ਟੇਸਟ ਕੀਤੇ ਸੀ ਵਾਲੇ, ਬਾਕੀ ਸਾਰਾ ਕੁਛ ਵਧੀਆ ਸੀਗਾ। ਗੱਗੂ ਆਪਣਾ ਸਪੈਸ਼ਲ ਮੈਨੇਜ ਕਰ, ਪਹਿਲਾਂ ਸਲੋ ਸੀ ਫਿਰ ਠੀਕ ਹੋ ਗਈ ਸੀ, ਪਹਿਲਾਂ ਸਲੋ ਸੀ। ਪਤਾ ਕੀ ਆ, ਜਦੋਂ ਤੁਸੀਂ ਵਧੀਆ ਖਾਣਾ ਖਾਣਾ, ਤੁਹਾਨੂੰ ਹੌਲੀ ਹੌਲੀ ਖਾਣਾ ਚਾਹੀਦਾ, ਸੋ ਤੁਸੀਂ ਆਨੰਦ ਮਾਣ ਸਕੋ ਹਰੇਕ ਚੀਜ਼ ਦਾ, ਤਾਂ ਨਾਲੇ ਵਧੀਆ ਖਾਣਾ ਬਣਨ ਨੂੰ ਵੀ ਟਾਈਮ ਲੱਗਦਾ। ਰੋਲਸ ਰਾਇਸ ਖੜੀ ਆ ਜੀ, ਪੁਰਾਣੇ ਜ਼ਮਾਨੇ ਵਾਲੀ, ਬਾਕੀ ਗੱਡੀਆਂ ਟੈਸਲਾ ਬਹੁਤ ਹੋ ਗਈ ਸਾਰੇ ਪਾਸੇ, ਸਾਰੇ ਤਰ੍ਹਾਂ ਦੀਆਂ ਗੱਡੀਆਂ ਨੇ। ਗੱਗੂ ਕਹਿੰਦਾ ਕੋਟ ਲਾ ਦਈਏ, ਗਰਮੀ ਆਉਣ ਲੱਗ ਗਈ, ਅੱਜ ਟੈਂਪਰੇਚਰ ਵੀ ਥੋੜ੍ਹਾ ਜਿਹਾ ਜ਼ਿਆਦਾ ਹੀ ਸੀਗਾ, ਇਹਦਾ ਕੋਟ ਵੀ ਕਾਲਾ ਸੀਗਾ, ਗੱਗੂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਸਭ ਕੁਛ ਮੈਨੇਜ ਕਰਨਾ ਸੀ ਤਾਂ ਪਾਇਆ। ਤੇ ਫਿਰ ਉਹ ਜ਼ਿਆਦਾ ਇਹਨੂੰ ਗਰਮੀ ਆਉਣ ਲੱਗ ਗਈ ਸੀ, ਫਿਰ ਲਾਤਾ, ਹੁਣ ਰਿਲੈਕਸ ਹੋ ਗਿਆ ਨਾਲੇ ਨੋਰਮਲ ਜਿਹਾ। ਗਰਮੀ ਜੰਮ ਪਸੀਨਾ ਪਸੂਨਾ ਨਹੀਂ ਆ ਰਿਹਾ, ਹਵਾ ਚੱਲ ਰਹੀ ਆ, ਹਾਂ ਊਂ ਟੈਂਪਰੇਚਰ ਸੋਹਣਾ। ਮੇਰੇ ਪੂਰੇ ਸਤਿਗੁਰ ਪਾਵੇ ਗੁਰ ਪੂਰਾ, ਨਮਸਕਾਰ ਗੁਰ ਪੂਰਾ, ਨਮਸਕਾਰ ਗੁਰ ਪੂਰਾ, ਕਾਰੀ ਗੁਰ ਪੂਰਾ, ਪ੍ਰਭ ਸਭੇ ਕਾਜ ਸਵਾਰੇ, ਪ੍ਰਭ ਸਭੇ ਕਾਜ ਸਵਾਰੇ, ਜੈਸਾ ਸਤਿਗੁਰ ਸੁਣੀ ਕਾ ਸੋਹੀ ਮੈਂ ਨੀਠ।
ਮਨ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਸਵਾ ਸਤਿਗੁਰ ਸੱਚ ਸਾਖੀਐ ਆਏ ਪੱਲੇ ਤੈਂਡੇ ਲਾਗੇ ਹਰ ਗੁਜਰੀ ਰਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਪੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵਿਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭੇ ਕੋ ਮਿਲ ਹਰ ਜਨ ਮੰਗਲ ਗਾਏ ਜਿਨ ਨਾਨਕ ਦੂਜੀ ਲਾਉ ਚਲਾਈ ਅਨਹਦ ਸ਼ਬਦ ਵਜਾਏ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਦਿਵਲਾਈ ਮਨ ਚਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਵਧਾਈ ਜਾਂ ਇਕੱਠੇ ਰਹਿਣ ਨਾਲ ਕੋਈ ਪਤੀ ਪਤਨੀ ਨਹੀਂ ਬਣਦਾ। ਆਨੰਦ ਕਾਰਜ ਦਾ ਜਿਹੜਾ ਸੀਗੀ ਸਮਾਪਤੀ ਹੋ ਗਈ, ਕਾਫੀ ਵਧੀਆ ਲੱਗਿਆ ਓਪਨ ਦੇ ਵਿੱਚ। ਪਹਿਲਾਂ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ, ਬਟ ਉਰੇ ਫੀਲ ਹੋ ਰਿਹਾ ਕਿਉਂਕਿ ਇੱਧਰਲੀ ਸਾਈਡ 'ਤੇ ਬੇਰੀ ਟਰੈਕਟਰ, ਉਹ ਪਿੱਛੇ ਸ਼ਾਇਦ ਇਹਨਾਂ ਦੇ ਘਰ ਘੁਰ ਹੋਣਗੇ। ਸਵਿੰਗਸ ਲਾਈਆਂ ਹੋਈਆਂ ਨੇ, ਹੁਣ ਪਿਕਚਰਸ ਕਲੈਕਟ ਕਰ ਰਹੇ ਨੇ ਸਾਰੇ। ਅਸੀਂ ਸੋਚਿਆ ਆਪਾਂ ਵੀ ਪਿਕਚਰਸ ਕਲੈਕਟ ਕਰੀਏ, ਤਾਂ ਮੈਨੂੰ ਇੱਕ ਚੀਜ਼ ਦਿਖਾਉਣਾ। ਆਹ ਮਨੀ ਦੇ ਪਾਈ ਹੋਈ ਸੀਗੀ, ਉਹ ਗਰਮੀ ਲੱਗਣ ਲੱਗ ਗਈ, ਮੈਂ ਪਾ ਲਈ ਕਿ ਮੈਂ ਲੱਗ ਰਹੀ ਆ। ਮੈਂ ਲਾਤੀ ਸੀ ਦੁਬਾਰਾ, ਮੈਂ ਕਹਿੰਦੀ ਪਰ ਵਾਲੋ ਬਟਨੇ 'ਤੇ ਲੱਗਦੇ ਨੇ ਕਿਉਂਕਿ ਖਾਧਾ ਬਹੁਤ ਹੋਇਆ ਆਪਾਂ। ਅੰਗਦ ਅਗਲੀ ਲਾਈਨ ਦੱਸੋ ਕੀ ਹੈ? ਅੰਗਦ ਅਗਲੀ ਲਾਈਨ ਦੱਸੋ। ਅੰਗਦ ਹਾਈ ਫਾਈਵ। ਅੰਗਦ ਟਰੈਕਟਰ 'ਤੇ ਬੈਠਾ, ਰੀਲਾਂ ਜੀਆਂ ਬਣਾਈ ਜਾਂਦੀਆਂ ਨੇ, ਅਤੇ ਆਹ ਗਜ਼ੀਬੋ ਦੇ ਵਿੱਚ ਫੋਟੋਆਂ ਖਿੱਚੀਆਂ ਸੀਗੀਆਂ ਸਾਰਾ। ਉਰੋਂ ਹੁਣ ਸਮਾਨ ਜਿਹਾ ਲਾਉਣ ਲੱਗ ਗਏ, ਅਤੇ ਇੱਥੇ ਵੈਡਿੰਗਸ ਕਾਫੀ ਹੁੰਦੀਆਂ ਨੇ। ਇਹਦੇ 'ਤੇ ਬਲਿਊ ਫਰੋਜ਼ਨ ਬੇਰੀਜ਼ ਵੀ ਮਿਲਦੀਆਂ ਨੇ ਫਾਰਮ ਦੇ ਉੱਤੇ, ਘੈਂਟਾ ਫਾਰਮ। ਗੱਗੂ ਨੇ ਕੋਟ ਲਾ ਲਿਆ ਸੀ, ਤੁਸੀਂ ਦੇਖ ਹੀ ਲਿਆ ਸੀ ਪਹਿਲਾਂ। ਤੁਸੀਂ ਦੱਸਿਆ ਵੀ ਗੱਗੂ ਕਿਵੇਂ ਲੱਗ ਰਿਹਾ? ਠੀਕ ਲੱਗ ਰਿਹਾ, ਠੀਕ ਲੱਗ ਰਿਹਾ। ਇਹ ਬਾਹਲਾ ਕੌਨਫੀਡੈਂਸ ਜਿਹਾ ਲੂਜ਼ ਕਰੀ ਫਿਰਦਾ ਵਾ? ਨਹੀਂ, ਕੌਨਫੀਡੈਂਸ ਪੂਰਾ ਆਪਣੇ 'ਚ। ਸਾਬਣ ਵੀ ਨੀ ਲਾਉਂਦਾ ਸੀਗਾ ਪਹਿਲਾਂ ਦਾ, ਨੈਚੁਰਲ ਬਿਊਟੀ ਆ ਯਾਰ ਐਵੀ ਦੀ। ਬ੍ਰਸ਼ ਵੀ ਨਹੀਂ ਕਰਦਾ ਸੀ, ਛੋਟਾ ਸੀ ਉਦੋਂ। ਹਾਂ, ਛੋਟਾ ਸੀ ਪਿਛਲੇ। ਇੱਧਰ ਜੀ ਅੰਦਰ ਫੂਡ ਫਾਟ ਦੁਆਰਾ ਲੱਗ ਗਿਆ, ਜਿਹੜਾ ਆਪਣਾ ਲੰਚ ਹੁੰਦਾ। ਸਾਰੇ ਉੱਧਰ ਫੋਟੋਸ਼ੂਟ ਚੱਲ ਰਿਹਾ ਸਟਿਲ ਹਲੇ, ਅਤੇ ਕੁਛ ਇਹਨਾਂ ਨੂੰ ਭੁੱਖ ਲੱਗੀ ਸੀ ਖਾ ਲਿਆ, ਅਤੇ ਕਈ ਆਪਣੇ ਸ਼ਾਇਦ ਚਲੀ ਵੀ ਗਏ ਹੁਣ ਕਿਉਂਕਿ ਇਹ ਵਰਕਿੰਗ ਡੇਜ਼ ਨੇ, ਕਈ ਫਿਰ ਕੰਮ 'ਤੇ ਵੀ ਹੁੰਦੇ ਨੇ, ਬਿਜ਼ੀ ਸਕੈਜੂਲ ਹੁੰਦਾ। ਇੱਧਰ ਫੋਟੋਸ਼ੂਟ ਚੱਲ ਰਿਹਾ, ਉੱਧਰ ਵੀਰ ਜੀ ਅਤੇ ਗੱਗੂ ਵੀਰ ਜੀ ਲੱਗੇ ਹੋਏ ਨੇ ਫੋਟੋਆਂ ਖਿੱਚਣ, ਇੱਧਰੋਂ ਸਾਰਾ ਵਿਹਲਾ ਹੋ ਗਿਆ। ਉੱਧਰ ਅੰਗਦ ਅਤੇ ਸ਼ਾਂਤੀ ਦੀ ਚਲੇ ਗਏ ਖਾਣ ਲਈ, ਅੰਗਦ ਲਿਟਣ ਲੱਗ ਗਿਆ, ਅੰਗਦ ਬੈਠਾ ਥੱਲੇ, ਅੰਗਦ ਦੇ ਦੂਜੇ ਕੱਪੜੇ ਪਾ ਲਏ ਹੁਣ, ਇਹ ਵੀ ਲਵੇੜ ਲੈਣੇ ਆ। ਸਿੰਘ ਸਾਹਿਬ ਜੀ ਸੋਹਣੇ ਲੱਗ ਰਹੇ ਹੋ, ਨਵਾਂ ਕਲਰ ਚੋਲੇ ਦਾ ਬਹੁਤ ਸੋਹਣਾ ਲੱਗ ਰਿਹਾ। ਆਹ ਬੇਰੀ ਹੈ ਜੀ ਸਾਈਡ 'ਤੇ, ਚਾਚਾ ਜੀ ਲੱਗੇ ਹੋਏ ਨੇ ਅੰਗਦ ਨੂੰ ਕਮਾਉਣ, ਪਰ ਉਹਨੂੰ ਨੀਂਦ ਆਈ ਜਾਂਦੀ ਆ। ਉੱਧਰ ਵੀਰ ਜੀ ਉਹਦੇ ਖਾਜ ਕਰ ਰਹੇ ਆ, ਮੈਂ ਕਿਹਾ ਜੀ ਬਾਹਲੀ ਸੇਵਾ ਕਰਾ ਰਿਹਾ, ਇੱਕ ਜਾਣੇ ਤੋਂ ਖਾਜ ਕਰਾ ਰਿਹਾ, ਇੱਕ ਜਾਣੇ ਤੋਂ ਫੂਡ ਖਾ ਰਿਹਾ। ਚਾਚਾ ਜੀ ਚਾਚੀ ਜੀ ਨੂੰ ਮਿਸ ਕਰਦੇ ਹੋ? ਮਨਰਾਜ ਰਾਜਦੀਪ ਨੂੰ ਸਾਰਾ ਕੰਮ ਅੰਗਦ ਨੂੰ ਹੀ ਕਰਨਾ ਪੈਂਦਾ ਆ, ਉਹ ਕਹਿੰਦਾ ਸਾਰਾ ਕੰਮ ਮੁਝੇ ਕਰਨਾ ਪੜਦਾ ਹੈ, ਉਹ ਜ਼ਿੰਮੇਵਾਰੀ ਸੰਭਾਲ ਰਿਹਾ ਨਾ, ਉਹ ਟ੍ਰੈਫਿਕ ਕੰਟਰੋਲ ਦਾ ਕੰਮ ਕਰ ਰਿਹਾ ਵਿਚਾਰਾ। ਤੇ ਸਿੰਘ ਸਾਹਿਬ ਨੇ ਤੇ ਐਵੀ ਵੀਰ ਜੀ ਨੇ
ਕਾਰ ਨੂੰ ਧੱਕਾ ਲਾਉਣਾ ਅੱਜ ਡੋਲਿਆਂ ਦਾ ਜ਼ੋਰ ਪਤਾ ਲੱਗੂਗਾ ਜੀ ਐਵੀ ਵੀਰ ਜੀ ਅੱਜ ਪਤਾ ਲੱਗਣਾ ਆ ਉਧਰ ਮੋੜ ਕੇ ਲਿਆਉਣ ਲਈ ਵੀ ਖੜਾਉਣਾ ਪੈਣਾ ਫਿਰ ਇੱਕ ਜਾਣਾ ਗੱਡੀਆਂ ਨੂੰ ਵੀ ਧੱਕਾ ਲਾਉਂਦੀ ਹੋਣੀ अंग का ध्यान रखियो कि बैक कर दे ना गड्डी चलो भाई भाई चलो भाई भाई चलो चलो भैया जोर लगा के ना ताई जी मैं क्या इन्ने वीरे तो चक की छड़े हाँ नहीं डोली तोड़न लग गया हाँ वो छड़े होंगे ने हाँ जी वो है नहीं हाँ जी तेनू भेजी हुई हुने हुने गगू ने मेनू एक बड़ी कैंट स्नैप दिखाई मैं चलाउंदा नहीं हैगा ते आपां एक फोटोग्राफर नूं ड्रॉप करना सीगा घरे तक कितने नहीं अपलाज कर पाओगे मेरे में बस फड़ के चली जाऊंगा और कुछ कर जाए तुम्हें दसनी नहीं है वो ठहर के दसांगे तो बेचारे देख सकते हो स्नैक्स चके ने ऑर्डर सीगा एक रात का ऑर्डर फूड का वा आ वाला सीगा आप पिछे रख लिया गड्डी सीटा फोल्ड करके तो हम जलेबियां चकनिया ने जलेब जलेब चकने ये भी बड़ा कही आता भी जलेबी नेड़ी है ना सत्त मिनट दो किलोमीटर दे दो हाँ बस ठीक है हम आप चकते फिर आप जावे घर समान लैके जी असं वैसे तो समान चक्या उ दोबारा आ गए समान लैके असं एक होर होटल पर गए उतो समान लैना सीगा पहला उतो एक चीज़ लैनी सी वह चलो कन्फर्म हो फिर एक होर फोन आ गया भी करो भी एक होर चीज़ लाया वो चीज़ लीती फिर जो मतलब साढ़े को घट्टो घट 150 बंद खाने तो पिछे हम देखो पूरा भर गया दोबारा फिर लैन आए थे कुक करते मेरी तो जुत्ती बढ़न लग गई पैर फिर गगू गया अद्धा समान मैं लाया हूँ नान गगू लैके आया तो हम आप घर चलते हैं 43 मिनट का रास्ता शो कर रहे हैं 45 मिनट लग जाने पौने छे पहुँचा लगभग छेती छेती चलिए